भारत की आजादी के 75वें महासमारोह में मेरा शामिल होने बड़ा जी किया। मेरा जी करता सी मैं भी खुश होवां, मैं खुश होने की पूरी कोशिश की, मैं तिरंगे नूं लहराउण की पूरी कोशिश की, पर की करां। सुजीत पात्र साहब का गीत याद आ जाता है जदों भी तिरंगे की गल आती है, क्योंकि बड़ा गुनगुनाया है मैं गीत। सुन्ने सुन्ने राहां विच कोई कोई पैरे, दिल ही उदास है जी बाकी सब खैरे, दिल ही उदास है जी बाकी सब खैरे। इना प्यारा गीत है कि सारा गीत मैं इत्थो गाउंदा रहिंदा सी। इना प्यारा गीत है कि मेरी अखां चो अखां हमेशा ही डुर पैंदियां सन। जदों तिरंगा लहराउण दी गल आउंदी है, जदों कहिंदे आ कि हर घर विच तिरंगा होवे, तां मेरा जी करदा है कि मैं गीत बार 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 पढ़ां। सुन्ने सुन्ने राहां विच कोई कोई पैर है, दिल ही उदास है जी बाकी सब खैर है। दूर एक पिंड विच छोटा जिहा घर सी, कच्चियां सी कंधां, उहदा थोड़ा जिहा दर सी, अम्मी मेरी चिंता ते बापू मेरा डर सी, उदों मेरी आओ दे यारो एवें फुल भर सी, जदों दा साडे नाल खुशियां नूं वैर, दिल ही उदास है जी बाकी सब खैर। मैली जिही रात दी ओ धुंधली सवेर सी, सूरज दे चढ़न च हाले बड़ी देर सी, पिता परदेस गया जदों पहली वेर सी, मेरी मां दे नैणा विच हंजू ते हनेर सी, हाले तक नैणा विच माड़ी माड़ी गैर है, दिल ही उदास है जी बाकी सब खैर है। मैनूं समझ नहीं आउंदी कि क्यों लिखिया गया है पिता परदेस गया जदों पहली वेर सी। परदेस जाण दी की लोड़ पै गई जब साडे कोल तिरंगा है, लहराना है, साडे कोल 75वां महासमारोह है, असीं इत्थे क्यों नहीं खुश होंदे? मैनूं इक गल नहीं समझ, मैं पूरी कोशिश कीती खुश होण दी। इत्थे पिता दी गल कीती गई है कि पिता परदेस गया पहली वेर सी। मैं तां हुण वेखदा हां कि सारे कॉलेज खाली हो गए, स्कूल खाली हो गए, अजिहे कॉलेज ते स्कूल खाली हो गए ने जिहड़ां विच ना कीती जांदी सी कि एडमिशनां नहीं होगियां। कित्थे गए लोक, कित्थे जाणगे? क्योंकि इत्थे तिरंगा है, वो क्यों परदेसां च जाणगे? पता नहीं, समझ नहीं आती। मैं बार बार प्रश्न पुछदा हाँ, बार बार गीत गाउंदा हाँ। सुन्ने सुन्ने राहां विच कोई कोई पैर है, दिल ही उदास है जी बाकी सब खैर है। ਕਿੱਥੋਂ ਦੀਆਂ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ, ਧੀਆਂ ਦੇ ਵਸੀਬੇ ਲਈ ਬਾਪੂ ਦੇਸ਼ ਛੱਡਿਆ, ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ, ਡੂੰਘਾ ਮੇਰੀ ਹਿੱਕ ਚ ਤਿਰੰਗਾ ਗਿਆ ਗੱਡਿਆ, ਝੁੱਲੋ ਤਿਰੰਗਿਆ ਤੂੰ ਝੁੱਲ ਸਾਡੀ ਖੈਰ ਹੈ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਜੇ ਦਿਲ ਹੀ ਉਦਾਸ ਹੈ ਤਾਂ ਖੈਰ ਕਾਹਦੀ ਹੈ? ਸੁਰਜੀਤ ਪਾਤਰ ਸਾਹਿਬ ਕੀ ਕਹਿਣਾ ਚਾਹੁੰਦੇ ਹੈ? ਡੂੰਘਾ ਮੇਰੀ ਹਿੱਕ ਚ ਤਿਰੰਗਾ ਗਿਆ ਗੱਡਿਆ, ਜੇ ਤਿੱਕ ਹਿੱਕ ਚ ਹੀ ਗੱਡਿਆ ਹੈ ਤੇ ਘਰ ਘਰ ਦੀ ਕੀ ਜ਼ਰੂਰਤ ਪੈ ਗਈ ਹੈ? 25 ਲੱਖ ਇੰਡੀਅਨ ਹਰ ਸਾਲ ਪ੍ਰਵਾਸੀ ਹੋ ਜਾਂਦੇ ਹੈ। ਵਰਲਡ ਵਿੱਚ ਸਭ ਤੋਂ ਜ਼ਿਆਦਾ ਪ੍ਰਵਾਸੀ ਕਿੱਥੋਂ ਹੁੰਦੇ ਹਨ? ਕਿਸ ਦੇਸ਼ ਵਿੱਚੋਂ ਸਭ ਤੋਂ ਜ਼ਿਆਦਾ ਪਲਾਇਣ ਹੁੰਦਾ ਹੈ? ਕਿਸ ਦੇਸ਼ ਵਿੱਚੋਂ ਜਨਸੰਖਿਆ ਵਧਣ ਦੇ ਕਾਰਨ ਵੀ, ਵਧਣ ਦੇ ਬਾਵਜੂਦ ਵੀ ਲੋਕ ਪ੍ਰਦੇਸਾਂ ਨੂੰ ਜਾ ਰਹੇ ਨੇ? ਉਹ ਲੋਕ ਜਿਹਨਾਂ ਕੋਲ ਬਹੁਤ ਜ਼ਮੀਨਾਂ ਜਾਇਦਾਦਾਂ, ਬਹੁਤ ਇੱਥੇ ਐਸ਼ੋ ਇਸ਼ਰਤ ਕਰਦੇ ਨੇ, ਬਹੁਤ ਇੱਥੇ ਨੌਕਰ ਚਾਕਰ ਰਹਿੰਦੇ, ਫਿਰ ਵੀ ਉਹ ਪ੍ਰਵਾਸ ਹੋ ਜਾਂਦਾ, ਫਿਰ ਵੀ ਉਹ ਪ੍ਰਵਾਸੀ ਹੋ ਜਾਂਦੇ ਨੇ, ਅਜਿਹਾ ਕਿਉਂ ਹੋ ਰਿਹਾ ਹੈ? ਪਾਤਰ ਸਾਹਿਬ ਕੀ ਕਹਿੰਦੇ ਨੇ? ਝੁੱਲੋ ਤਿਰੰਗਿਆ ਤੂੰ ਝੁੱਲ ਸਾਰੀ ਕੈਰ ਹੈ। ਦੇਖੋ, ਦੋ ਅਲੱਗ ਅਲੱਗ ਚੀਜ਼ਾਂ ਨੇ। ਤਿਰੰਗਾ ਤਾਂ ਝੁੱਲਦਾ ਰਹੇਗਾ, ਇੱਕ ਸਿੰਬਲ ਹੈ, ਇੱਕ ਚਿੰਨ੍ਹ ਹੈ ਜਿਸ ਨੇ ਝੁੱਲਦੇ ਰਹਿਣਾ ਹੈ। ਹਾਂ, ਝੁਲਾਉਣ ਤਾਂ ਜੋ ਜੋ ਜਵਾਨ ਜੋ ਸਰਹੱਦ ਤੇ ਰਾਖੀ ਕਰ ਰਹੇ ਨੇ ਉਹਨਾਂ ਦਾ ਹੱਕ ਪੂਰਾ ਹੈ, ਪਰ ਜਿਹੜੇ ਕੋਲ ਸ਼ੋਸ਼ਣ ਕਰਦੇ ਨੇ, ਜਿਹੜੇ ਦੂਜੇ ਦਾ ਹੱਕ ਮਾਰਦੇ ਨੇ, ਪ੍ਰਾਈਵੇਟਾਈਜੇਸ਼ਨ ਚ ਜਿੰਨੇ ਗੁਲਾਮੀ ਕਰਵਾਉਂਦੇ ਨੇ, ਫੀਮੇਲਸ ਤੇ ਰਿਸਟ੍ਰਿਕਸ਼ਨਸ ਇੰਨੀਆਂ ਲਗਾਉਂਦੇ ਨੇ, ਲੋਕਾਂ ਨੂੰ ਜ਼ਾਤ ਵਿੱਚ ਧਰਮ ਵਿੱਚ ਵੰਡ ਕੇ ਤਿਰੰਗੇ ਦਾ ਬਹੁਤ ਅੱਛਾ ਇਸਤੇਮਾਲ ਕਰਦੇ ਨੇ ਕਿ ਉਹਨਾਂ ਨੂੰ ਤਿਰੰਗਾ ਲਹਿਰਾਉਣ ਦੀ ਜ਼ਰੂਰਤ ਹੈ, ਕਿ ਉਹਨਾਂ ਘਰਾਂ ਵਿੱਚ ਜਿੱਥੇ ਰੋਟੀ ਨਹੀਂ ਪੱਕਦੀ ਉਸ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਜ਼ਰੂਰਤ ਹੈ। ਤਿਰੰਗਾ ਜਿੰਨੇ ਦਾ ਖਰੀਦਣਾ ਹੈ ਉਹਨੇ ਦਾ, ਜੇ ਰੋਟੀ ਦਾ ਸਮਾਨ ਖਰੀਦ ਲਈਏ, ਜੇ ਉਹਨੇ ਦੀ ਰੋਟੀ ਖਰੀਦ ਲਈਏ, ਜੇ ਉਹਨੇ ਦੀ ਸਬਜ਼ੀ ਖਰੀਦ ਲਈਏ,
ਤੇ ਕਿਸੇ ਭੁੱਖੇ ਪੇਟ ਨੂੰ ਕੀ ਲੈਣਾ ਦੇਣਾ ਹੈ ਕਿ ਬਹੁਤ ਅੱਛਾ ਚਿੰਨ ਸਾਡੇ ਦੇਸ਼ ਦਾ ਉਹਨੂੰ ਲਹਿਰਾਉਣਾ ਹੈ। ਮੈਨੂੰ ਖਿਆਲ ਹੈ ਕਿ ਜਿਹੜਾ ਇਹ ਚਿੰਨ ਹੈ ਇਹ ਲੋਕਤੰਤਰ ਦਾ ਪ੍ਰਤੀਕ ਹੈ। ਲੋਕਾਂ ਨੂੰ ਸ਼ੋਸ਼ਣ ਵਿੱਚ ਰੱਖੋਗੇ ਤੇ ਤਿਰੰਗਾ ਕਦੇ ਨਹੀਂ ਕਦੇ ਰਿਹਾ। ਖੁਦ ਕਿਸੇ ਨੂੰ ਕਹਿਣਾ ਨਹੀਂ ਪਏਗਾ ਕਿ ਤਿਰੰਗਾ ਲਹਿਰਾਓ। ਖੁਦ ਉਸ ਦਿਨ ਉਹ ਲੋਕ ਜਿਹਨਾਂ ਨੂੰ ਰੱਜ ਕੇ ਰੋਟੀ ਮਿਲਦੀ ਹੈ, ਰੱਜ ਕੇ ਨਿਆਂ ਮਿਲਦਾ ਹੈ, ਰੱਜ ਕੇ ਹੱਕ ਮਿਲਦੇ ਨੇ, ਉਹਨਾਂ ਨੂੰ ਕਚਹਿਰੀਆਂ ਵਿੱਚ ਧੱਕੇ ਨਹੀਂ ਖਾਣੇ ਪੈਂਦੇ ਤੇ ਉੱਥੇ ਤਿਰੰਗਾ ਖੁਦ ਬਖੁਦ ਲਹਿਰ ਜਾਏਗਾ। ਸੋ ਚਿੰਨਵਾਦ ਦੇ ਮਗਰ, ਸਿੰਬੋਲਿਜ਼ਮ ਦੇ ਮਗਰ ਲੱਗ ਕੇ ਆਪਣੀ ਅਸਲੀਅਤ ਜ਼ਿੰਦਗੀ ਨੂੰ ਨਾ ਭੁੱਲ ਜਾਈਏ। ਮੈਂ ਇਹ ਨਹੀਂ ਕਹਿੰਦਾ ਕਿ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਨਾ, ਕਰਨਾ ਹੈ, ਪਰ ਜਾ ਕਿਉਂ ਰਹੇ ਹੋ? 25 ਲੱਖ ਲੋਕ ਹਰ ਵਾਰ ਕਿਉਂ ਜਾ ਰਹੇ ਨੇ? ਇੱਕ ਸਵਾਲ ਹੈ, ਇਸ ਵੀਡੀਓ ਤੋਂ ਬਾਅਦ ਇੱਕ ਸਵਾਲ ਕਰਾਂਗਾ, ਉਸਦਾ ਜਵਾਬ ਜ਼ਰੂਰ ਦੇ ਦੇਣਾ। ਅਸੀਂ ਤਾਂ ਬੱਚਿਆਂ ਦੇ ਹੱਥ ਵਿੱਚ ਤਿਰੰਗਾ ਫੜਾ ਦਿੱਤਾ ਜਿਸ ਨੂੰ ਅਰਥ ਦੱਸਿਆ ਹੀ ਨਹੀਂ ਕਿ ਬੇਟਾ ਇਸ ਤਿਰੰਗੇ ਦਾ ਅਰਥ ਕੀ ਸੀ। ਐਡੇ ਉੱਚੇ ਅਰਥਾਂ ਨੂੰ ਅਸੀਂ ਨੀਵੇਂ ਪਰਪਸ ਲਈ ਜਦੋਂ ਯੂਜ਼ ਕਰਦੇ ਹਾਂ ਤਾਂ ਤਿਰੰਗਾ ਤਾਂ 75ਵਾਂ ਮਹਾਂ ਸਮਾਰੋਹ ਆਜ਼ਾਦੀ ਨਹੀਂ ਗੁਲਾਮੀਆਂ ਦੀ ਯਾਦ ਕਰਾਉਂਦਾ ਹੈ। ਤੇ ਗੀਤ ਫਿਰ ਉਹੀ ਯਾਦ ਆਉਂਦਾ ਹੈ, ਸੁਣੇ ਸੁਣੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ। ਕੁਝ ਵੀ ਕਰਦੇ ਹੋ ਸੋਚ ਕੇ ਕਰੋ। ਤੁਹਾਡੀ ਐਜੂਕੇਸ਼ਨ ਪਾਲਿਸੀ, ਤੁਹਾਡਾ ਰੀਅਲ ਐਜੂਕੇਸ਼ਨ ਸਿਸਟਮ ਜੋ ਹੈ, ਜੋ ਨੈਸ਼ਨਲ ਕਰੀਕੁਲਮ ਫਰੇਮਵਰਕ ਹੈ, ਉਹ ਕਹਿੰਦਾ ਕ੍ਰਿਟੀਕਲ ਥਿੰਕਿੰਗ ਡਿਵੈਲਪ ਕਰੋ। ਕ੍ਰਿਟੀਕਲ ਥਿੰਕਿੰਗ ਕਹਿੰਦੀ ਹੈ ਕਿ ਸੋਚ, ਜੋ ਕਰ ਰਿਹਾ ਹੈ ਸੋਚ। ਤਿਰੰਗਾ ਲਹਿਰਾਉਣ ਤੋਂ ਪਹਿਲਾਂ ਸੋਚੋ ਕਿ ਹਰ ਹੱਥ ਨੂੰ ਹੱਕ ਹੈ ਕਿ ਉਹ ਤਿਰੰਗਾ ਲਹਿਰਾਵੇ। ਤਿਰੰਗਾ ਲਹਿਰਾਉਣ ਦਾ ਹੱਕ ਸਿਰਫ ਉਸ ਨੂੰ ਹੈ ਜੋ ਨਿਆਂ ਕਰਦਾ ਹੈ, ਜੋ ਸਭ ਲਈ ਜਿਉਂਦਾ ਹੈ, ਜੋ ਸਰਬੱਤ ਦਾ ਭਲਾ ਚਾਹੁੰਦਾ ਹੈ, ਜੋ ਕਿਸੇ ਦਾ ਹੱਕ ਨਹੀਂ ਮਾਰਦਾ, ਜੋ ਔਰਤ ਨੂੰ ਵੀ ਆਪਣੇ ਵਾਂਗ ਸਮਝਦਾ। ਪਰ ਜੇ ਕੋਈ ਅਜਿਹਾ ਸਾਡਾ ਨਾਗਰਿਕ ਹੈ ਤੇ ਉਸਨੂੰ ਤਿਰੰਗਾ ਲਹਿਰਾਉਣ ਦੀ ਜ਼ਰੂਰਤ ਹੀ ਨਹੀਂ ਹੈ। ਸੋ ਤੁਸੀਂ ਖੁਦ ਸੋਚ ਲਓ ਕਿ ਤਿਰੰਗਾ ਕਿਸ ਤਰ੍ਹਾਂ ਦਾ ਲਹਿਰਾਉਣਾ ਹੈ, ਇਸ ਤਰ੍ਹਾਂ ਦਾ ਲਹਿਰਾਉਣਾ ਹੈ ਜਾਂ ਇਸ ਤਰ੍ਹਾਂ ਦਾ ਲਹਿਰਾਉਣਾ।